21 जून ਨੂੰ ਯੋਗ ਦਿਵਸ ਤੇ ਲੇਹ ਲਦਾਖ ਪਹੁੰਚ ਕੇ 6 ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਕੌਮਾਂਤਰੀ ਯੋਗਾ ਦਿਵਸ ਮਨਾਉਣਗੇ। ਜਲੰਧਰ ਪਹੁੰਚਣ ਤੇ ਅੱਜ ਇਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਲਖਨਊ ਤੋਂ ਸਕੁਆਡਨ ਲੀਡਰ ਅਭੈ ਪ੍ਰਤਾਪ ਸਿੰਘ ਦੀ ਅਗਵਾਈ ਦੇ ਵਿੱਚ ਰਵੀ ਚੌਹਾਨ, ਵਿਜੇ ਵਿਸਟ, ਸੁਨੀਲ ਮੰਗਲ, ਵੀਰ ਸੰਧੂ ਵੀਲਚੇਅਰ ਕ੍ਰਿਕਟ ਟੀਮ ਕੈਪਟਨ ਤੇ ਅਵਿਨਾਸ਼ ਸ਼ਰਮਾ ਨੇ ਲਖਨਊ ਤੋਂ ਲੇਹ ਲਦਾਖ ਤਕਰੀਬਨ 1600 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰਕੇ 21 ਜੂਨ ਨੂੰ ਲੇਹ ਲਦਾਖ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ। ਲੋਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਅਪਾਹਿਜ ਜ਼ਰੂਰ ਨੇ ਪਰ ਸਭ ਕੁਝ ਕਰ ਸਕਦੇ ਨੇ। ਮੈਂ ਸਕੁਆਡਨ ਲੀਡਰ ਅਭੈ ਪ੍ਰਤਾਪ ਸਿੰਘ ਹੂੰ। ਹਮਾਰੀ ਇਹ ਯਾਤਰਾ ਡਰਾਈਵ ਵਿਦ ਏਬਿਲਿਟੀ ਜਾਂ ਚਲੋ ਜੀਤੇ ਹਮ ਲਖਨਊ ਸੇ ਸ਼ੁਰੂ ਹੋ ਕਰਕੇ ਦਿੱਲੀ ਕੇ ਰਾਸਤੇ ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਜੰਮੂ, ਸ਼੍ਰੀਨਗਰ, ਕਾਰਗਿਲ ਹੋਤੇ ਹੋਏ ਲੱਦਾਖ ਪਹੁੰਚੇਗੀ 21 ਜੂਨ, ਜੋ ਕਿ ਇੰਟਰਨੈਸ਼ਨਲ ਡੇ ਆਫ ਯੋਗਾ ਹੈ। ਉਸ ਦਿਨ ਹਮ ਲੱਦਾਖ ਮੇਂ ਪੰਗੋਂਗ ਲੇਕ ਪੇ ਯੋਗਾ ਕਰਨੇ ਕੀ ਕੋਸ਼ਿਸ਼ ਕਰਨੇ ਕੀ ਮਤਲਬ ਕੋਸ਼ਿਸ਼ ਕਰ ਰਹੇ ਹੈ। ਔਰ ਇਹ ਇਤਨੀ ਬੜੀ ਯਾਤਰਾ ਕਾ ਪਲਾਨ ਕਰਨੇ ਕੇ ਪੀਛੇ ਹਮਾਰਾ ਮਕਸਦ ਇਹ ਹੈ ਕਿ ਹਮ ਇੱਕ ਮੈਸੇਜ ਦੇ ਸਕੇ ਕਿ ਦਿਵਿਆਂਗ ਵੀ ਅਗਰ ਸੋਚੇ ਤੋ ਕੁਛ ਵੀ ਕਰ ਸਕਤੇ ਹੈ, ਕੋਈ ਕਮੀ ਉਨਕੇ ਅੰਦਰ ਨਹੀਂ ਹੈ। ਡਿਸੇਬਿਲਟੀ ਕੇਵਲ ਇੱਕ ਛੋਟੀ ਲਿਮਿਟੇਸ਼ਨ ਹੈ, ਇੱਕ ਹੀ ਲਿਮਿਟੇਸ਼ਨ ਹੈ, ਬਾਕੀ ਸਭ ਕੁਛ ਠੀਕ ਹੈ। ਤੋ ਕੇਵਲ ਸੋਚਨੇ ਕੀ ਦੇਰ ਹੈ ਔਰ ਇਹ ਹੋ ਸਕਤਾ ਹੈ। ਬਹੁਤ ਸੇ ਦਿਵਿਆਂਗੋਂ ਕੋ ਇਹ ਆਈਡੀਆ ਹੀ ਨਹੀਂ ਹੈ ਕਿ ਉਹ ਖੁਦ ਡਰਾਈਵ ਕਰ ਸਕਤੇ ਹੈ ਜਾਂ ਫਿਰ ਉਨਕੋ ਲਾਇਸੈਂਸ ਮਿਲਨੇ ਕੀ ਕੋਈ ਪ੍ਰਕਿਰਿਆ ਹੈ, ਸਰਕਾਰ ਕੀ ਤਰਫ ਸੇ ਕਿਆ ਪ੍ਰਾਵਧਾਨ ਕੀ ਹੈ, ਉਨਕੋ ਆਈਡੀਆ ਹੀ ਨਹੀਂ ਹੈ। ਤੋ ਇਹ ਮੈਸੇਜ ਹਮ ਦੇਣਾ ਚਾਹ ਰਹੇ ਹਾਂ, ਅਵੇਅਰਨੈਸ ਫੈਲਾਉਣਾ ਚਾਹ ਰਹੇ ਹਾਂ ਕਿ ਦਿਵਿਆਂਗ ਵੀ ਗਾੜੀ ਚਲਾ ਸਕਤੇ ਹੈ ਔਰ ਸਵਾਵਲੰਬਨ ਉਨਕੋ ਹਾਸਿਲ ਕਰ ਸਕਤੇ ਹੈ। ਕਿਤਨੇ ਲੋਕ ਹੈ ਅਭੀ ਇਸ ਵਕਤ? ਹਮ ਲੋਕ 6 ਦਿਵਿਆਂਗ ਹੈ, ਜੋ ਕੁਛ ਲਖਨਊ ਸੇ 4 ਲੋਕ ਚਲੇ ਥੇ, ਉਸਕੇ ਬਾਅਦ ਦਿੱਲੀ ਸੇ ਕੁਛ ਨੇ ਸਾਥ ਮੇਂ ਹੋਏ ਔਰ ਅਬ ਚੰਡੀਗੜ੍ਹ ਸੇ ਸਾਥ ਮੇਂ ਹੋਏ। ਆਗੇ ਵੀ ਹਮਕੋ ਅਗਰ ਲੋਕ ਮਿਲਤੇ ਜਾਏਂਗੇ, ਸਾਥ ਮੇਂ ਹੋਣਾ ਚਾਹੇਂਗੇ, ਤੋ ਹਮ ਉਨਕੋ ਲੇ ਕਰਕੇ ਚਲਤੇ ਰਹੇਂਗੇ। ਹਮ ਲੋਕਾਂ ਕਾ ਯੇ ਮਾਨਨਾ ਹੈ ਕਿ ਦਿਵਿਆਂਗ ਜੋ ਵੀ ਹੈ, ਹੈਂਡੀਕੈਪ ਜੋ ਵੀ ਹੈ, ਉਹ ਕਹੀਂ ਨਾ ਕਹੀਂ ਆਪਣੇ ਕੋ ਜੋਬ ਸੇ ਜੋੜੇ। ਤੋ ਆਪ ਲੋਕਾਂ ਕੋ ਮਾਲੂਮ ਹੋਗਾ ਇੱਕ ਪੂਰੇ ਦੇਸ਼ ਮੇਂ ਇੱਕ ਸਕੀਮ ਚੱਲ ਰਹੀ ਹੈ OPOD, ਵਨ ਡਿਸਟ੍ਰਿਕਟ ODOP, ਵਨ ਡਿਸਟ੍ਰਿਕਟ ਵਨ ਪ੍ਰੋਡਕਟ। ਹਮਾਰੀ ਡਿਸੇਬਿਲਿਟੀ ਮੇਂ ਕਿਆ ਹੋਤਾ ਹੈ, ਹਮ ਲੋਕੋ ਕੇ ਸਾਥ ਮੂਵਮੈਂਟ ਕਰਨੇ ਮੇਂ ਦਿੱਕਤ ਆਤੀ ਹੈ। ਅਭੀ ਤੋ ਇਸਕੋ ਹਮ ਲੋਕੋ ਨੇ ਬਹੁਤ ਪੀਛੇ ਛੋੜ ਦਿਆ ਹੈ, ਚੜ੍ਹਾ ਦਿਆ ਹੈ ਕਿ ਲਖਨਊ ਸੇ ਲੱਦਾਖ ਤੱਕ ਹਮ ਲੋਕ ਇਸ ਐਕਸਪੀਡੀਸ਼ਨ ਕੋ ਲੈ ਕੇ ਨਿਕਲੇ ਹੈ। ਲੇਕਿਨ ਹਮ ਲੋਕ ਇਹ ਚਾਹਤੇ ਹੈ ਕਿ ਹਰ ਸ਼ਹਿਰ, ਜੈਸੇ ਆਪਕਾ ਜਲੰਧਰ ਸ਼ਹਿਰ ਹੈ, ਅਬ ਯਹਾਂ ਪੇ ਬਹੁਤ ਸਾਰੀ ਐਸੀ ਚੀਜ਼ਾਂ ਹੋਂਗੀ ਜੋ ਜਲੰਧਰ ਸੇ ਹੀ ਰਿਲੇਟ ਕਰਤੀ ਹੋਂਗੀ। ਤੋ ਦਿਵਿਆਂਗ ਅੰਮ੍ਰਿਤਸਰ ਕਿਉਂ ਜਾਏ, ਬਠਿੰਡਾ ਕਿਉਂ ਜਾਏ, ਉਹ ਯਹੀਂ ਕੇ ਉਤਪਾਦ ਕੋ ਆਪਣਾ ਰੋਜ਼ੀ ਰੋਟੀ ਕਾ ਸਾਧਨ ਬਣਾਏ। ਤੋ ਉਹ ਜਿੰਨਾ ਜ਼ਿਆਦਾ ਆਪਣੇ ਲੋਕਲਾਈਜ਼ ਆਪਣੇ ਪ੍ਰੋਡਕਟ ਸੇ ਜੁੜੇਂਗੇ, ਉਤਨਾ ਹੀ ਉਨਕੋ ਮੂਵਮੈਂਟ ਕਮ ਕਰਨਾ ਪੜੇਗਾ ਔਰ ਉਹ ਜੋਬ ਅਪੋਰਚੁਨਿਟੀਜ਼ ਅੱਛੀ ਕ੍ਰੀਏਟ ਕਰ ਸਕਤੇ ਹੈ। ਸੈਕਿੰਡ ਇਹ ਹੈ ਕਿ ਐਕਸੈਸਿਬਿਲਿਟੀ, ਪੂਰੇ ਦੇਸ਼ ਮੇਂ ਜਿਤਨੇ ਵੀ ਚੀਜ਼ਾਂ ਬਣ ਰਹੀ ਹੈ, ਵਹਾਂ ਪੇ ਕਿਸੀ ਵੀ ਤਰ੍ਹਾਂ ਕੇ ਦਿਵਿਆਂਗਤਾ ਕੋ ਜਾਣੇ ਮੇਂ, ਆਨੇ ਮੇਂ, ਕਿਸੀ ਤਰ੍ਹਾਂ ਕਾ ਆਪਣੇ ਕੋ ਵਹਾਂ ਕੀ ਜੋ ਵੀ ਗਵਰਨਮੈਂਟ ਆਫਿਸਰਸ ਹੈ ਉਨਕੋ ਯੂਜ਼ ਕਰਨੇ ਮੇਂ ਕੋਈ ਪ੍ਰੋਬਲਮ ਨਾ ਆਏ। ਤੋ ਉਸਕੇ ਲੀਏ ਸੁਗਮ ਭਾਰਤ ਅਭਿਆਨ ਜੋ ਬਣਾਇਆ ਗਿਆ ਹੈ, ਉਸਕੋ ਮੈਨੇ 2008 ਸੇ ਸ਼ੁਰੂ ਕੀਆ ਥਾ, ਉਸਕਾ ਨਾਮ ਦਿਆ ਥਾ ਬੈਰੀਅਰ ਫ੍ਰੀ ਐਨਵਾਇਰਮੈਂਟ। ਤੋ ਉਸਕੋ ਲੈ ਕਰਕੇ ਪੂਰੇ ਦੇਸ਼ ਮੇਂ ਹਮ ਲੋਕ ਅਲੱਗ ਜਗਾਨੇ ਨਿਕਲੇ ਹੈ ਕਿ ਜਿਤਨੇ ਵੀ ਗਵਰਨਮੈਂਟ ਆਫਿਸਰਸ, ਬੜੇ ਬੜੇ ਮਾਲ ਜਾਂ ਪਬਲਿਕ ਬਿਲਡਿੰਗ ਬਣਾਈ ਜਾਏ, ਉਹ ਇਸ ਤਰ੍ਹਾਂ ਕੀ ਹੋ ਕਿ ਐਕਸੈਸਿਬਿਲਿਟੀ ਹੋ, ਉਸਮੇਂ ਪੂਰੀ ਤਰ੍ਹਾਂ ਸੇ ਕੋਈ ਵੀ ਦਿਵਿਆਂਗ ਕਭੀ ਵੀ ਕਹੀਂ ਪੇ ਆਨੇ ਜਾਣੇ ਮੇਂ ਉਸਕੋ ਕਿਸੀ ਤਰ੍ਹਾਂ ਕੇ ਬੈਰੀਅਰ ਨਾ ਮਿਲੇ। ਇਹ ਹਮ ਲੋਕਾਂ ਕਾ ਇੱਕ ਮੋਟਿਵ ਹੈ। ਮੈਂ ਪੰਜਾਬ ਵੀਲਚੇਅਰ ਕ੍ਰਿਕਟ ਟੀਮ ਦਾ ਕੈਪਟਨ ਹਾਂ ਔਰ ਸਾਨੂੰ ਬਹੁਤ ਸਾਰੀਆਂ ਜਿਵੇਂ ਬਾਕੀ ਡਿਟੇਲ ਤਾਂ ਤੁਹਾਨੂੰ ਸਾਡੇ ਅਭੈ ਪ੍ਰਤਾਪ ਸਰ ਨੇ ਦੱਸ ਹੀ ਦਿੱਤੀ ਹੋਣੀ ਹੈ, ਜਿਹੜੇ ਸਾਡੇ ਵੀਲਚੇਅਰ ਕ੍ਰਿਕਟ ਦੇ ਪ੍ਰੈਜ਼ੀਡੈਂਟ ਹੈ, ਉਹਨਾਂ ਨੇ ਬਾਕੀ ਤੁਹਾਨੂੰ ਬਰੀਫ ਕਰ ਹੀ ਦਿੱਤਾ। ਅਤੇ ਛੋਟੀ ਜਿਹੀ ਗੱਲ ਕਹਿਣਾ ਚਾਹੂੰਗਾ ਕਿ ਬਹੁਤ ਸਾਰੀਆਂ ਸਾਨੂੰ ਕਾਲਸ ਆਉਂਦੀਆਂ ਸੀ ਡਿਸੇਬਲ ਪਰਸਨਸ ਦੀਆਂ ਕਿ ਅਸੀਂ ਘਰ ਬੈਠੇ ਹਾਂ, ਸਾਨੂੰ ਕੋਈ ਫੈਸਿਲਿਟੀ ਨਹੀਂ ਮਿਲਦੀ, ਅਸੀਂ ਕੁਛ ਕਰ ਨਹੀਂ ਪਾ ਰਹੇ। ਅਤੇ ਅਸੀਂ ਸੋਚਿਆ ਕਿਉਂ ਨਾ ਇੱਕ ਇਹੋ ਜਿਹੀ ਇੱਕ ਰੈਲੀ ਕੀਤੀ ਜਾਵੇ, ਅਸੀਂ ਪੂਰਾ ਪਲਾਨ ਕੀਤਾ ਇਹਦੇ ਰਿਗਾਰਡਿੰਗ ਔਰ ਫਿਰ ਅਸੀਂ ਸੋਚਿਆ ਕਿ ਹਰ ਜਗ੍ਹਾ ਜਾ ਕੇ ਅਸੀਂ ਜਿੰਨਾ ਜਾਗਰੂਕ ਕਰ ਸਕਦੇ ਹਾਂ। ਵੈਸੇ ਸਾਡਾ ਮੇਨ ਮਕਸਦ ਵੀਲਚੇਅਰ ਕ੍ਰਿਕਟ ਨੂੰ ਪ੍ਰਮੋਟ ਕਰਨਾ ਹੈ, ਜੋ ਕਿ ਅਸੀਂ ਕਾਫੀ ਟਾਈਮ ਤੋਂ ਇਹ ਚੀਜ਼ ਨਹੀਂ ਕਰ ਪਾ ਰਹੇ ਸੀਗੇ ਕਿ ਪ੍ਰੋਪਰ ਚੈਨਲਸ ਦੇ ਥਰੂ, ਕਿਉਂਕਿ ਸਾਡਾ ਖੇਡਣ 'ਚ ਹੀ ਬਹੁਤ ਜ਼ਿਆਦਾ ਟਾਈਮ ਨਿਕਲ ਜਾਂਦਾ ਸੀ ਔਰ ਸਾਨੂੰ ਬਿਲਕੁਲ ਟਾਈਮ ਨਹੀਂ ਸੀ ਮਿਲਦਾ ਕਿ ਅਸੀਂ ਉਹਦੀ ਬਹੁਤ ਅੱਛੀ ਪ੍ਰਮੋਸ਼ਨ ਕਰ ਸਕੀਏ। ਅਤੇ ਮੈਂ ਥੈਂਕ ਯੂ ਕਰਨਾ ਚਾਹੂੰਗਾ ਜਲੰਧਰ ਦੇ ਪੂਰੇ ਮੀਡੀਆ ਦਾ, ਜਿਨ੍ਹਾਂ ਨੇ ਇੰਨੀ ਵਧੀਆ ਸਾਨੂੰ ਮੀਡੀਆ ਕਵਰੇਜ ਦਿੱਤੀ ਔਰ ਮੈਨੂੰ ਹੋਪ ਹੈ ਕਿ ਅੱਗੇ ਵੀ ਇਸ ਤੋਂ ਵੀ ਵਧੀਆ ਮੀਡੀਆ ਕਵਰੇਜ ਮਿਲੇਗੀ ਔਰ ਸਾਡੀ ਵੀਲਚੇਅਰ ਕ੍ਰਿਕਟ ਜੋ ਇਸ ਤੋਂ ਵੀ ਜ਼ਿਆਦਾ ਉੱਪਰ ਜਾਏਗੀ। ਥੈਂਕ ਯੂ ਸੋ ਮਚ। ਮੈਂ ਇੱਕ ਆਰਗਨਾਈਜੇਸ਼ਨ ਰੈਡਾਰਟ ਸੇ ਜੁੜਾ ਥਾ, ਜਿਸ ਸੇ ਜੋ ਐਕਸੈਸ ਪੇ ਬਹੁਤ ਕਾਮ ਕੀਆ ਜਿਨ੍ਹਾਂ ਨੇ ਬੰਬੇ ਮੇਂ। ਤੋ ਅਭ 10-15 ਸਾਲ ਪਹਿਲੇ ਕੀ ਬਾਤ ਹੈ ਕਿ ਜੋ ਹਮ ਲੋਗੋ ਸੈਂਸਿਟਾਈਜ਼ ਕਰਨ ਦੀ ਕੋਸ਼ਿਸ਼ ਕਰਤੇ ਥੇ ਕਿ ਆਪ ਐਕਸੈਸ ਲੋ ਹਮ ਲੋਗੋ ਐਕਸੈਸ ਕੀ ਜ਼ਰੂਰਤ ਹੈ, ਹਮ ਲੋਕ ਕੈਸੇ ਸਕੂਲ ਜਾਏਂਗੇ, ਕੈਸੇ ਕਾਲਜ ਜਾਏਂਗੇ, ਕੈਸੇ ਨੌਕਰੀ ਕਰੇਂਗੇ। ਲੇਕਿਨ ਅਬ ਟਾਈਮ ਆ ਗਿਆ ਕਿ ਐਕਸ਼ਨ ਕਾ ਕਾਮ, ਅਬ ਤੋ ਲਾਅ ਵੀ ਹੈ, ਤੋ ਹਮ ਚਾਹੇਂਗੇ ਕਿ ਜਹਾਂ ਵੀ ਹਮ ਜਾਏ ਵਹਾਂ ਹਮਕੋ ਐਕਸੈਸਬਲ ਮਿਲੇ, ਯੂ ਨੋ, ਜਗ੍ਹਾ ਜਹਾਂ ਹਮ ਇੰਜੋਏ ਕਰ ਸਕੇ। ਔਰ ਮੈਂ ਚਾਹੂੰਗਾ ਜੈਸੇ ਹਮ ਲੋਕ ਇੰਜੋਏ ਕਰੇ, ਵੈਸੇ ਜਿਤਨੇ ਵੀ ਲੋਕ ਹੈ ਹਮਾਰੀ ਤਰ੍ਹਾਂ ਜੋ ਵੀਲਚੇਅਰ ਮੇਂ ਹੈ, ਯੂ ਨੋ, ਜੋ ਫਿਜ਼ੀਕਲੀ ਚੈਲੇਂਜ ਹੈ, ਉਹ ਘਰ ਸੇ ਬਾਹਰ ਨਿਕਲੇ, ਆਪਣੀ ਗਾੜੀਆਂ ਚਲਾਏ, ਇੰਜੋਏ ਕਰੇ, ਉਹ ਵੀ ਲੱਦਾਖ ਜਾਏ, ਉਹ ਵੀ ਘੁੰਮਣੇ ਕਾ ਸਪਨਾ ਦੇਖੇ ਕਿ ਹਮ ਵੀ ਜਾ ਸਕਤੇ ਹੈ।
ਜਲੰਧਰ ਤੋਂ ਰਣਜੀਤ ਸਿੰਘ ਸੋਢੀ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।